तेरे नाल प्यार होया है, पक्का इकरार होया है, अखियां च वेख लिया पे ओ पहली बार होया भाई आजा यार, चलिए लेट हो जाना है। है। चलते हैं भाई, चलते हैं। आ गया अपनी भूआ का मुंडा है, थोड़े दिन पहले ही आया। नवा ही आया पढ़ना भी पैंदा, काम कार भी करने। ਕਿਵੇਂ ਆ ਗਏ ਹੈਂ? ਹਾਂ ਯਾਰ, ਆ ਜਾ ਵੀਰ, ਆ ਜਾ ਬ੍ਰੈਡ ਖਵਾ ਦਈਏ ਭਰਾ ਨੂੰ। ਕੀ ਗੱਲ ਹੋ ਗਈ, ਨੋਟ ਗਿਣੀ ਜਾਂਦਾ? ਕੁਛ ਨੀ ਯਾਰ, ਉਹ ਫੀਸ ਆ ਗਈ ਹੈ ਤੈਨੂੰ ਪਤਾ ਅਗਲੇ ਮਹੀਨੇ, ਤੇ ਨਾਲੇ ਕਰੋ ਫੋਨ ਆਇਆ ਸੀ, ਭੈਣ ਦਾ ਰਿਸ਼ਤਾ ਪੱਕਾ ਹੋ ਗਿਆ, ਉਹਦੇ ਵੀ ਪੈਸੇ ਵਗੈਰਾ ਭੇਜਣੇ। ਘਰੇ ਕਿਸ਼ਤ ਲੈਣ ਵਾਲੇ ਵੀ ਆਏ ਸੀ ਬੈਂਕ ਦੀ, ਤੇ ਛੋਟੇ ਦਾ ਵੀ ਫੋਨ ਆਇਆ ਸੀ, ਕਹਿੰਦਾ ਆਈਫੋਨ ਵਗੈਰਾ ਭੇਜ ਦੇ ਯਾਰ, ਹੁਣ ਤਾਂ ਕਾਫੀ ਟਾਈਮ ਹੋ ਗਿਆ ਤੈਨੂੰ ਗਏ। ਤੇ ਉਹ ਹਿਸਾਬ ਤਾਂ ਲਾ ਰਿਹਾ ਸੀ ਕਿ ਪੈਸੇ ਪੂਰੇ ਹੈਗੇ ਆ ਜਾਂ ਕਿੱਦਾਂ। ਛੋਟੇ ਨੂੰ ਤਾਂ ਸਮਝਾ ਦੇ ਵੀ ਆਈਫੋਨ ਤਾਂ ਲੈ ਹੀ ਦੇਣਾ ਪਹਿਲਾਂ, ਬਾਕੀ ਕੰਮਾਂ ਦੇ ਨਿਬੇੜੇ ਤਾਂ ਕਰ ਲਈਏ। ਹੋਰ ਤੂੰ ਦੱਸ ਕਿਵੇਂ? ਬ੍ਰੈਡ ਬਣਾਈ ਜਾਂਦਾ ਇਹ ਖਾਣੇ ਯਾਰ, ਦੱਸ ਤੂੰ ਭਰਾਵਾ, ਰੋਟੀ ਤੋਂ ਅੱਜ ਲੇਟ ਹੋ ਗਏ? ਮੈਂ ਕਿਹਾ ਚਲੋ ਬ੍ਰੈਡ ਹੀ ਧਰ ਲਈਏ। हेलो, गल सुनी? हाँ जी सर। की नाम तेरा? प्रभजोत जी। तेरा तो नाम आज लिस्ट दे विच है नहीं गा। पर सर शिफ्ट सी मेरी आज। नहीं यार, तेरे को किसी ने इनफॉर्म नहीं किया? नहीं। अच्छा, तू इतने पार्ट टाइम काम कर? हाँ जी, हाँ जी, पार्ट टाइम। ओके, इदा करी कल तो आन तो रहन दे तू। क्यों जी, की चक्कर पै गया? ਸਾਨੂੰ ਨਾ ਫੁੱਲ ਟਾਈਮ ਵਰਕਰ ਮਿਲ ਗਿਆ ਹੈ, ਤੇ ਸਾਨੂੰ ਪਾਰਟ ਟਾਈਮ ਦੀ ਹੁਣ ਲੋੜ ਨਹੀਂ ਹੈਗੀ। ਪੈਸੇ ਸੀ ਜੀ ਫਿਰ ਇੱਥੇ ਕਾਫੀ 2000 ਤੱਕ। ਅੱਛਾ, ਤੇ ਇੱਦਾਂ ਕਰੀ, ਉਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਕੁਛ ਵੀ, ਤੇ ਓਨਰ ਨਾਲ ਫੋਨ 'ਤੇ ਗੱਲ ਕਰ ਲਾਂਗੇ, ਉਹ ਤੈਨੂੰ ਬੈਟਰ ਦੱਸ ਦੇਣਗੇ। ਠੀਕ ਹੈ ਜੀ, ਠੀਕ ਹੈ, ਹਾਂਜੀ। ਹੈਲੋ, ਹਾਂਜੀ ਸਰ, ਮੈਂ ਇੱਥੇ ਕੰਮ 'ਤੇ ਆਇਆ ਸੀ ਜੀ। ਹਾਂਜੀ, ਤੁਸੀਂ ਇਨਫੋਰਮ ਹੀ ਨਹੀਂ ਕੀਤਾ ਕਿ ਤੁਸੀਂ ਕੰਮ ਤੋਂ ਕੱਢਤਾ ਜੀ, ਅਤੇ ਸਰ ਉਹ ਮੇਰੇ ਪੈਸੇ ਪਏ ਸੀ ਜੀ ਇੱਥੇ। ਹਾਂਜੀ, ਅਰਾਊਂਡ $2000। ਹਾਂਜੀ, ਫੋਨ ਕੱਟਦੇ ਆ। ਗੱਲ ਹੋ ਗਈ ਬਈ, ਮੇਰਾ ਸਾਈਡ ਜਿਹਾ ਖੜਾ। ਕੁਛ ਨਹੀਂ ਯਾਰ, ਚੱਲ ਕੋਈ ਗੱਲ ਨਹੀਂ, ਦਿਲ ਨਾ ਹੌਲਾ ਕਰ, ਕੰਮ ਹੋਰ ਬਥੇਰੇ ਆ ਇੱਥੇ ਯਾਰ। ਹੁਣ ਨਹੀਂ ਭਾਈ, ਤੁਹਾਨੂੰ ਵੀ ਪਤਾ ਯਾਰ, ਸਟੂਡੈਂਟਸ ਨੂੰ ਇਹ ਕੱਢ ਹੀ ਦਿੰਦੇ ਆ ਯਾਰ, 20 ਘੰਟੇ ਤੋਂ ਜ਼ਿਆਦਾ ਕੰਮ ਨਹੀਂ ਮਿਲਦਾ ਕਿਤੇ, ਹੁਣ ਕੀ ਕਰ ਸਕਦੇ ਹਾਂ? ਕੋਈ ਨਹੀਂ, ਐਵੇਂ ਦਿਲ ਨਾ ਛੋਟਾ ਕਰ, ਕੰਮ ਹੋਰ ਬਹੁਤ ਮਿਲ ਜਾਣਗੇ। ਕਨੇਡਾ 'ਚ ਕੰਮ ਤਾਂ ਨਾਮ ਹੋਰ ਕੀ ਹੈਗਾ ਕਨੇਡਾ 'ਚ। ਤੁਸੀਂ ਤਾਂ ਭਾਈ ਸੈੱਟ ਲੱਗਦੇ ਹੋ, ਤੁਹਾਨੂੰ ਐਂ ਲੱਗਦਾ ਜੀ ਹੁਣ। ਚਲੋ, ਨਹੀਂ ਨਹੀਂ ਕੋਈ ਨਹੀਂ ਵੀਰ, ਇੱਕ ਮਿੰਟ ਵੀਰ ਰੁਕ ਯਾਰ। ਹਾਂਜੀ, ਆ ਲੈ ਮੇਰਾ ਕਾਰਡ ਵੀਰ, ਤੇ ਹਫਤਾ ਕੰਮ ਲੱਭ ਜੇ ਨਾ ਮਿਲਿਆ ਤੇ ਇਸ ਨੰਬਰ ਤੇ ਫੋਨ ਕਰ ਲਈ, ਤੇਰੇ ਕੰਮ ਦਾ ਕੋਈ ਨਾ ਕੋਈ ਆਪਾਂ ਹੀਲਾ ਕਰ ਦਾਂਗੇ। ਠੀਕ ਹੈ ਭਾਜੀ।
ਠੀਕ ਹੈ ਜੀ ਕੋਈ ਗੱਲ ਫੋਨ ਨਹੀਂ ਚੱਕੀ ਜਾਂਦਾ ਭਰਾ ਕਿੱਥੇ ਸੀ ਤੂੰ ਤਿੰਨ ਵਾਰੀ ਤੈਨੂੰ ਫੋਨ ਕਰ ਲਿਆ ਦੋ ਫੋਨ ਤੇਰੇ ਘਰੋਂ ਆ ਗਏ ਯਾਰ ਬਾਈ ਬੰਦਿਆਂ ਵਾਲੀ ਗੱਲ ਕਰਿਆ ਕਰ ਕੀ ਚੱਕਰ ਹੈ ਕੀ ਹੋਇਆ ਕੀ ਮੂੰਹ ਲਟਕਾਈ ਤੁਰਿਆ ਫਿਰਦਾ ਕੀ ਹੋ ਗਿਆ ਕੁਛ ਨਹੀਂ ਯਾਰ ਬਾਈ ਕੰਮ ਤੋਂ ਕੱਢਤਾ ਯਾਰ ਤੇ ਕਹਿੰਦੇ ਸਾਨੂੰ ਫੁੱਲ ਟਾਈਮ ਬੰਦਾ ਚਾਹੀਦਾ ਹੁਣ ਉਹ ਰੱਖ ਲਿਆ ਭਰਾਵਾ ਕੋਈ ਉੱਤੋਂ ਓਨਰ ਨੂੰ ਫੋਨ ਕੀਤਾ ਪੈਸੇ ਦੇਣ ਤੋਂ ਮਨਾ ਕਰ ਗਿਆ ਯਾਰ ਫੋਨ ਹੀ ਨਹੀਂ ਚੱਕਿਆ ਜਦੋਂ ਪੈਸਿਆਂ ਦੀ ਗੱਲ ਕੀਤੀ ਬਾਈ ਨੇ ਫੋਨ ਹੀ ਕੱਢਤਾ ਯਾਰ ਚੱਲ ਕੋਈ ਗੱਲ ਨਹੀਂ ਏਜੰਸੀ ਨੂੰ ਪਤਾ ਕਰਾਂਗੇ ਨਵਾਂ ਕੰਮ ਦਾ ਕੋਈ ਯਾਰ ਇੱਕ ਹਫ਼ਤਾ ਹੋ ਗਿਆ ਕੰਮ 'ਤੇ ਗਏ ਨੂੰ ਅੱਜ ਨਾ ਬਾਈ ਨੂੰ ਫੋਨ ਕਰਕੇ ਦੇਖਦੇ ਹਾਂ ਜੇ ਇਹਦੇ ਕੋਲ ਕੰਮ ਹੋਇਆ ਬਾਈ ਨੇ ਕਾਰਡ ਤਾਂ ਦਿੱਤਾ ਸੀ ਦੇਖਦੇ ਹਾਂ ਕੀ ਕਹਿੰਦਾ ਆ ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਹਾਂਜੀ ਭਾਅ ਜੀ ਕਾਰਡ ਦਿੱਤਾ ਸੀ ਯਾਰ ਤੁਸੀਂ ਤੁਹਾਨੂੰ ਯਾਦ ਆ ਉੱਥੇ ਗੈਸ ਸਟੇਸ਼ਨ 'ਤੇ ਹਾਂਜੀ ਹਾਂਜੀ ਕੰਮ ਲੱਭ ਰਿਹਾ ਜੀ ਨਹੀਂ ਜੀ ਨਹੀਂ ਮਿਲਿਆ ਉਦੋਂ ਬਾਅਦ ਹਾਂਜੀ ਹੈਗਾ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਠੀਕ ਆ ਕੋਈ ਚੱਕਰ ਨਹੀਂ ਭਾਅ ਜੀ ਜੇ ਕੋਈ ਗੱਲ ਨਹੀਂ ਹੈਗੀ ਜੇ ਕਾਰਾਂ ਦਾ ਵੀਜ਼ਾ ਤਾਂ ਹਾਂਜੀ ਹਾਂਜੀ ਕਾਰਾਂ ਦੇ ਕੰਮ ਤਾਂ ਕਰ ਲਾਂਗੇ ਜੀ ਕਰ ਲਾਂਗੇ ਠੀਕ ਆ ਭਾਅ ਜੀ ਕੱਲ੍ਹ ਫਿਰ ਮੈਂ ਆ ਜੂੰਗਾ ਅਤੇ ਮੇਰਾ ਕਾਲਜ ਹੈ ਜੀ ਕੱਲ੍ਹ ਫਿਰ ਉਸ ਤੋਂ ਬਾਅਦ ਆ ਜਾ ਠੀਕ ਆ ਜੀ ਚਲੋ 2 ਵਜੇ ਹਾਂਜੀ ਹਾਂਜੀ ਠੀਕ ਆ 2 ਵਜੇ ਆ ਜਾ ਓਕੇ ਭਾਅ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਰੋਟੀ ਖਾ ਲਈ ਯਾਰ ਵੈਸੇ ਤੈਨੂੰ ਪ੍ਰਭ ਨੂੰ ਯਾਰ ਇੱਦਾਂ ਨਹੀਂ ਕਹਿਣਾ ਚਾਹੀਦਾ ਸੀ ਜਿਹੜੇ ਕੰਮ ਤੂੰ ਅੱਜ ਗਿਆ ਨਾ ਹੁਣ ਇਸੇ ਕੰਮ 'ਚ ਸਾਰੀ ਤਰੱਕੀ ਕੀਤੀ ਸੋਰੀ ਭਾਅ ਜੀ ਯਾਰ ਮੈਨੂੰ ਪਤਾ ਨਹੀਂ ਸੀ ਕੁਝ ਕੋਈ ਗੱਲ ਨਹੀਂ ਵੀਰ ਫਿਰ ਕੀ ਹੋਇਆ ਯਾਰ ਹੁੰਦਾ ਆ ਮੈਂ ਇਕੱਲਾ ਨਹੀਂ ਆਇਆ ਸੀ ਇੱਥੇ ਆਇਆ ਸੀ ਕਈ ਸੁਪਨਿਆਂ ਨਾਲ ਅੱਜ ਮਿਹਨਤ ਦਾ ਮੁੱਲ ਪੈ ਗਿਆ ਸਭ ਪੂਰੇ ਹੋਏ ਨੇ ਸਬਰਾਂ ਨਾਲ ਸਭ ਪੂਰੇ ਹੋਏ ਨੇ ਸਬਰਾਂ ਨਾਲ